ਪੰਜਾਬ ਪੁਲਿਸ ਦੇ ਸਾਬਕਾ ਏਡੀਜੀਪੀ ਈਸ਼ਵਰ ਚੰਦਰ ਜੈਨਾ ਦਾ ਬੀਤੇ ਦਿਨੀ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਉਹਨਾਂ ਦੇ ਜੱਦੀ ਪਿੰਡ ਰੁੜਕਾ ਕਲਾਂ ਵਿਖੇ ਉਹਨਾਂ ਦੇ ਨਿਵਾਸ ਸਥਾਨ ਤੇ ਪਾਇਆ ਗਿਆ। ਇਸ ਮੌਕੇ ਪੰਜਾਬ ਪੁਲਿਸ ਦੇ ਵੱਡੇ ਅਫਸਰਾਂ ਦੇ ਨਾਲ ਨਾਲ ਕਈ ਰਿਟਾਇਰਡ ਅਧਿਕਾਰੀ ਅਤੇ ਸਿਆਸੀ ਆਗੂਆਂ ਨੇ ਸਵਰਗਵਾਸੀ ਈਸ਼ਵਰ ਚੰਦਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਅੱਜ ਈਸ਼ਵਰ ਚੰਦਰ ਸਰ ਦੀ ਕਿਰਿਆ ਸੀਗੀ, ਅਸੀਂ ਸਾਰੇ ਆਫੀਸਰਸ ਤੇ ਇਲਾਕੇ ਦੇ ਲੋਕ ਇਕੱਠੇ ਹੋਏ ਹੈ ਤੇ ਉਹਨਾਂ ਦੀ ਫੈਮਿਲੀ ਦੇ ਨਾਲ ਉਹਨਾਂ ਦੇ ਇਸ ਸ਼ੋਕ ਦੇ ਸਮੇਂ ਦੇ ਵਿੱਚ ਨਾਲ ਖੜੇ ਹੈ। ਬਹੁਤ ਹੀ ਮਾੜਾ ਲੱਗਾ ਇਹ ਜਿਹੜਾ ਇੰਨਾ ਅਨਟਾਈਮਲੀ ਈਸ਼ਵਰ ਚੰਦਰ ਜੀ ਚਲੇ ਗਏ ਨੇ। ਬਹੁਤ ਹੀ ਵਧੀਆ ਇਨਸਾਨ ਅਤੇ ਬਹੁਤ ਹੀ ਬਰੇਵ ਆਫੀਸਰ ਸੀਗੇ ਜਿਹੜੇ ਸਾਡੇ ਦਿਲ ਦੇ ਵਿੱਚ ਹਮੇਸ਼ਾ ਹੀ ਵਸਦੇ ਰਹਿਣਗੇ ਅਤੇ ਅਸੀਂ ਹਮੇਸ਼ਾ ਹੀ ਉਹਨਾਂ ਨੂੰ ਮਿਸ ਕਰਦੇ ਰਹੋ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਰਿਟਾਇਰਡ ADG ਈਸ਼ਵਰ ਚੰਦਰ ਜੀ ਉਹਨਾਂ ਦੀ ਅੰਤਿਮ ਅਰਦਾਸ ਇੱਥੇ ਹੋਈ ਹੈ, ਕਿਰਿਆ ਕਰਮ ਹੋਇਆ ਜਿਹਨਾਂ ਦਾ ਥੋੜ੍ਹੇ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। ਈਸ਼ਵਰ ਚੰਦਰ ਜੀ ਬਹੁਤ ਹੀ ਇੱਕ ਡੈਕੋਰੇਟਡ ਆਫੀਸਰ ਸੀਗਾ ਜਿਹਨਾਂ ਨੂੰ 3 ਦਫਾ ਪ੍ਰੈਜੀਡੈਂਟ ਜਿਹੜਾ ਅਵਾਰਡ ਮਿਲਿਆ, ਮੈਡਲ ਮਿਲਿਆ, ਗੈਲੰਟਰੀ ਅਵਾਰਡ, ਔਰ ਦੀਨਾਨਗਰ ਆਰਕੇ ਅਟੈਕ ਦਾ ਵੀ ਉਹਨਾਂ ਨੇ ਸਾਹਮਣਾ ਕੀਤਾ। ਪਰ ਉਸ ਦੇ ਨਾਲ ਨਾਲ ਈਸ਼ਵਰ ਚੰਦਰ ਜੀ ਬਹੁਤ ਹੀ ਸਿੰਪਲ ਪਰਸਨੈਲਿਟੀ ਸੀ। ਇਸ ਮੌਕੇ ਜਲੰਧਰ ਤੋਂ MP ਚੌਧਰੀ ਸੰਤੋਖ ਸਿੰਘ, MLA ਨਕੋਦਰ ਗੁਰਪ੍ਰਤਾਪ ਵਡਾਲਾ, ਫਗਵਾੜਾ ਦੇ ਬਲਵਿੰਦਰ ਸਿੰਘ ਧਾਲੀਵਾਲ, ਰਾਕੇਸ਼ ਪਾਂਡੇ, ਸਾਬਕਾ ਕੈਬਨਿਟ ਮੰਤਰੀ ਲਕਸ਼ਮੀਕਾਂਤ ਚਾਵਲਾ, ਸਾਬਕਾ MP ਸੰਤੋਸ਼ ਚੌਧਰੀ, ਸੁਖਪਾਲ ਖਹਿਰਾ ਤੋਂ ਇਲਾਵਾ ਭਾਰੀ ਗਿਣਤੀ 'ਚ ਲੋਕ ਮੌਜੂਦ ਸਨ। ਗੁਰਾਇਆ ਤੋਂ ਸਤਵਿੰਦਰ ਜੰਡੂ ਦੀ ਰਿਪੋਰਟ, ਦੈਨਿਕ ਸਵੇਰਾ TV। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ। 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।